out again. वेलकम बैक टू माई चैनल पिपल चड्डा। होर जी किदा सारे ठीक हो? तो मैं भी वधिया। और अज लैके आए तुहाडे लई एक नवीं वीडियो। आई होप तुसी वीडियो इंजॉय करोगे। तो चले असी अज जहाजा वाले गुरुद्वारे, जिहड़ा बहुत ही मशहूर है जलंधर शहर का। तो चले आप अज गुरुद्वारा श्री तल्लन साहब, तो तुहानू दिखाने उत्थे चल के। टिंकू चला मेरे नाल, ते नोनू। टिंकू आ गया आ, ते नोनू दी वेट कर रहे हैं, ते बाकी तुहानू दिखाने आ। बहना बड़ा औखा यार। बालां दी झुंडी बनी हुई है। हेलमेट नहीं लिया? हेलमेट लफाफे जावा पर लफाफे च कि भरी जाना लफाफे भरनी कड़ी जाता वा। हवा भी भरा ली, तेल भी भरा लिया। हुण चलने आपां सिद्धा तल्लन साहिब गुरुद्वारे, ते तुहानूं दिखाउंदे आं। चलो मिलदे आं तुहानूं। लो जी, फाटक बंद, ट्रेन जा रही है। आही नुकसान आ ना फाटकां दा। गुरुद्वारा शहीद बाबा निहाल सिंह जी तल्लन जलंधर। इस जगह ते एंट्री पाते हैं, ते बिल्कुल लेफ्ट साइड ते अगे पार्किंग आती है। तुहानू पार्किंग भी दिखाने आ। ये तुसी देख रहे हो हुण पार्किंग ते आपां पार्किंग विच एंट्री कर ली आ। वीर ने पर्ची कट्टी हुणी बाइक दी, ते अगे सारी पार्किंग जिहड़ी गड्डियां वास्ते पार्किंग है। कार पार्किंग बिल्कुल इसदे पिछे लैफ्ट साइड ते तुहानू मिल जूगी। ते सारी बाइक्स लई टू व्हीलर दी पार्किंग हैगी आ। ते मिलदे आ तुहानू अगे जाके। असी पहुंच गए हुण गुरुद्वारा साहिब विखे, ते गड्डी लाती आ पार्किंग च बाइक। आ मिल गई आ स्लिप पार्किंग दी, ते मिलदे तुहानू अगे जाके गुरुद्वारा दा। ਮਨੂ ਭਰਾ ਪਹੁੰਚ ਗਏ। ਪਹੁੰਚ ਗਿਆ। ਚਲੋ ਫਿਰ ਚਲੀਏ ਦਰਸ਼ਨ ਕਰੀਏ।
ਇਥੋਂ ਕੜਾਹ ਪ੍ਰਸ਼ਾਦ ਦੀ ਪਰਚੀ ਲੈ ਕੇ ਤੇ ਦੂਸਰੀ ਸਾਈਡ ਲਾਈਨ ਚ ਲੱਗ ਕੇ ਉੱਥੋਂ ਪ੍ਰਸ਼ਾਦ ਮਿਲੂਗਾ। ਟਿੰਕੂ ਆ ਗਿਆ ਪ੍ਰਸ਼ਾਦ ਲੈ ਕੇ ਤੇ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ। ਇਹ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ 'ਤੇ ਜਦੋਂ ਤੁਸੀਂ ਬਾਹਰੋਂ ਕੜਾਹ ਪ੍ਰਸ਼ਾਦ ਲੈ ਕੇ ਆਓਗੇ ਤਾਂ ਤੁਸੀਂ ਇੱਥੇ ਦੇਗ ਆਪਣੀ ਕਰਵਾ ਸਕਦੇ ਹੋ, ਇੱਥੇ ਪ੍ਰਸ਼ਾਦ ਦੇ ਕੇ ਅਤੇ ਅੱਗੇ ਮੱਥਾ ਟੇਕਣ ਲਈ ਜਾ ਸਕਦੇ ਹੋ। ਅਤੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੇ, ਮਹਾਰਾਜ ਜੀ ਦੇ ਪਾਵਨ ਸਰੂਪ। ਅਤੇ ਜਿੱਦਾਂ ਹੀ ਤੁਸੀਂ ਕੜਾਹ ਪ੍ਰਸ਼ਾਦ ਦੇ ਕੇ ਆਓਗੇ ਤਾਂ ਅੱਗੇ 3 ਗੁਰੂ ਮਹਾਰਾਜ ਜੀ ਦੇ ਸਰੂਪ ਪ੍ਰਕਾਸ਼ ਹੋਏ ਪਏ ਆ, ਜਿਨ੍ਹਾਂ ਦੇ ਅੱਗੇ ਸਾਡਾ ਸਿਰ ਝੁਕਦਾ ਆ। ਅਤੇ ਅਸੀਂ ਹੁਣ ਇਹਨਾਂ ਸਰੂਪਾਂ ਨੂੰ ਮੱਥਾ ਟੇਕ ਕੇ ਅਤੇ ਅੱਗੇ ਵੱਲ ਨੂੰ ਵਧਾਂਗੇ। ਆ ਜਾਓ ਮੇਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦਾ ਆ। ਬਾਬਾ ਜੀ ਨੇ ਆਸਾ ਦੀ ਵਾਰਤਾ ਕੀਰਤਨ ਸਰਵਤ ਕਰਕੇ ਵਿਹਲੇ ਹੋਏ ਸੀ, ਅੰਮ੍ਰਿਤ ਜਿਹੜਾ ਹੋਇਆ ਸੀ ਇੱਧਰ ਬਾਬੇ ਨੇ ਜਾ ਕੇ ਫਤਿਹ ਮਨਾਈ। ਬਾਬੇ ਦੀਪ ਸਿੰਘ ਨੇ ਬਾਜ ਮਾਰੇ ਨੇ ਕਿਹਾ, ਰਾਜ ਸਿੰਘਾ ਮੈਂ ਤੇਰੇ ਚਰਨਾਂ ਨੂੰ ਹੱਥ ਲਾ ਕੇ ਆਪਣੇ ਮੱਥੇ ਨੂੰ ਪਵਿੱਤਰ ਕਰ ਲਵਾਂ, ਉਹ ਵਾਰਕਾ ਤੂੰ ਆਇਆ ਹੈ ਜਿਸ ਵਾਰਕਾ ਨੂੰ ਦੇਵ ਤੇ ਜਾਂਦੇ ਨੇ। ਤੂੰ ਗਵਾ ਦੀ ਗਿਆ ਮੈਂ ਖੁਦ ਬੋ ਖੁਦ ਅੰਦਰੋਂ ਸ਼ਬਦ ਚੱਲਦਾ ਪਿਆ, ਇਸ ਵੇਲੇ ਚਲਾਉਣਾ ਨਹੀਂ ਪੈ ਰਿਹਾ। ਅੰਦਰੋਂ ਹੀ ਇਹੋ ਜਿਹੀ ਤਾਕਤ ਪੈਦਾ ਹੋਈ ਜਾ ਰਹੀ ਹੈ ਕਿ ਆਪਣਾ ਹੀ ਸ਼ਾਂਤ ਹੋਈ ਜਾਂਦਾ ਹੈ। ਤਪਤ ਬੁਝੀ ਸੀਤਲ ਹੋਈ ਮਨੁਮਾ, ਅੰਦਰੋਂ ਖਤਮ ਹੋਈ ਜਾ ਰਹੀ ਸਾ। ਲੰਗਰ ਹਾਲ
ਹੁਣ ਅਸੀਂ ਘਰੇ ਵਾਪਸ ਆਪਣੇ ਘਰ ਤੇ ਦਰਸ਼ਨ ਵਧੀਆ ਹੋ ਗਏ ਤੇ ਜਾ ਕੇ ਤੁਹਾਨੂੰ ਦੱਸਦਾ ਗੁਰਦੁਆਰੇ ਸਾਹਿਬ ਦਾ ਕੀ ਇਤਿਹਾਸ ਆ ਤੇ ਮਿਲਦੇ ਆ ਤੁਹਾਨੂੰ ਘਰੇ ਜਾ ਕੇ ਓਕੇ ਹਾਂਜੀ ਤੇ ਹੁਣ ਮੈਂ ਪਹੁੰਚ ਗਿਆ ਸੀ ਵਾਪਸ ਆਪਣੇ ਘਰ ਤੇ ਤੁਸੀਂ ਅੱਜ ਦਰਸ਼ਨ ਕੀਤੇ ਗੁਰਦੁਆਰਾ ਬਾਬਾ ਨਿਹਾਲ ਸਿੰਘ ਜੀ ਤੱਲਣ ਤੇ ਇਹ ਗੁਰਦੁਆਰਾ ਜਲੰਧਰ ਵਿੱਚ ਹੈਗਾ ਆ ਤੇ ਇੱਥੇ ਦੀ ਕਾਫੀ ਮਾਨਤਾ ਆ ਮਾਨਤਾ ਇਹ ਆ ਕਿ ਜਦੋਂ ਵੀ ਮਤਲਬ ਕਿਸੇ ਨੇ ਵੀ ਆਪਣਾ ਵੀਜ਼ਾ ਵਗੈਰਾ ਜਿੱਦਾਂ ਮੰਨਤ ਮੰਗੀ ਹੁੰਦੀ ਆ ਸੁੱਖਣਾ ਸੁੱਖੀ ਹੁੰਦੀ ਆ ਤੇ ਉਹ ਇੱਥੇ ਆ ਕੇ ਜਦੋਂ ਵੀਜ਼ਾ ਲੱਗ ਜਾਂਦਾ ਆ ਤੇ ਉਹ ਜਹਾਜ਼ ਵਗੈਰਾ ਚੜ੍ਹਾਉਂਦੇ ਆ ਜਿੱਦਾਂ ਕਿ ਤੁਸੀਂ ਦੇਖਿਆ ਹੀ ਆ ਇੱਥੇ ਮਤਲਬ ਜਹਾਜ਼ ਵਗੈਰਾ ਚੜ੍ਹਾਉਂਦੇ ਆ ਜਦੋਂ ਵੀ ਜਾਂ ਤਾਂ ਵੀਜ਼ਾ ਲੱਗਣ ਦੀ ਸੁੱਖਣਾ ਸੁੱਖਦੇ ਆ ਜਾਂ ਤਾਂ ਵੀਜ਼ਾ ਲੱਗਣ ਤੋਂ ਬਾਅਦ ਇੱਥੇ ਜਹਾਜ਼ ਵਗੈਰਾ ਚੜ੍ਹਾਉਂਦੇ ਆ ਤੋ ਕਾਫੀ ਮੰਨਿਆ ਗੁਰਦੁਆਰਾ ਇਹ ਤੇ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਆਪਾਂ ਇੱਥੇ ਹੀ ਕਰਦੇ ਵੀਡੀਓ ਦੀ ਐਂਡਿੰਗ ਤੇ ਮਿਲਦੇ ਤੁਹਾਨੂੰ ਨੈਕਸਟ ਵਲੌਗ ਵਿੱਚ ਟਿਲ ਦੈਨ ਗੁੱਡ ਬਾਏ ਟੇਕ ਕੇਅਰ ਤੇ ਸਤਿ ਸ਼੍ਰੀ ਅਕਾਲ।